ਅਸੀਂ ਕਿਹਾ ਸੀਗਾ ਵੀ ਜੇ ਆਪਣੇ ਸਿੱਧੂ ਸਹਿਮਤ ਹੋਵੇ ਤੇ ਅਸੀਂ ਉਹਨੂੰ ਆਪਣੀ, ਮੇਰੀ ਗੱਲ ਸੁਣ ਲਓ, ਮੈਂ ਨਹੀਂ 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 ਮੈਂ ਕਲੀਅਰ ਕਰ ਦਿਆਂ ਨਾ ਵੀ ਅਸੀਂ ਇਹ ਕਿਹਾ ਸੀਗਾ ਹੁਣ ਉਸ ਵੇਲੇ ਅਸੀਂ ਇਕੱਲੇ ਹੁਣ ਅਸੀਂ ਤਿੰਨ ਧੜੇ ਹਾਂ, ਹੁਣ ਅਸੀਂ ਤਿੰਨੇ ਜਣੇ ਇਕੱਠੇ ਹੋ ਕੇ ਫੈਸਲਾ ਕਰਾਂਗੇ। ਜਦੋਂ ਇਹ ਗੱਲ ਕਹਿਤੀ ਵੀ ਤਿੰਨੇ ਇਕੱਠੇ ਵੇਖੋ ਜੋ ਪੰਜਾਬ ਦੇ ਭਲੇ ਦਾ ਉਹ ਫੈਸਲਾ ਕਰ। ਵੇਖੋ ਅਸੀਂ ਕੁਛ ਗੱਲਾਂ ਕਰਦੇ ਰਹੇ ਹਾਂ, ਸਿੱਧੂ ਇਸ ਵੇਲੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਪਾਪੂਲਰ ਹੈ, ਸਭ ਤੋਂ ਵੱਧ ਪਾਪੂਲਰ ਹੈ। ਕਿਸੇ ਕਾਰਨ ਕਰਕੇ ਵੀ ਹੋਵੇ, ਇਹ ਮੈਂ ਨਹੀਂ ਕਹਿੰਦਾ, ਇਹ ਸਾਰੀ ਦੁਨੀਆ ਕਹਿੰਦੀ ਆ। ਔਰ ਮੇਰਾ ਇਹ ਆਪਣਾ ਯਕੀਨ ਆ ਕਿ ਜਿੱਧਰ ਸਿੱਧੂ ਜਾਊਗਾ ਸਰਕਾਰ ਉਦਾਂ ਦੀ ਬਣੂਗੀ, ਉਸ ਪਾਰਟੀ ਦੀ ਬਣੂਗੀ। ਕਿਸੇ ਬੰਨੇ ਚੱਲ ਜੇ, ਅਜੇ ਇਹ ਨਹੀਂ ਪਤਾ ਉਹਨੇ ਕਿੱਧਰ ਜਾਣਾ, ਕਿੱਧਰ ਆਉਣਾ, ਕੀ ਕਰਨਾ। ਇਸ ਵੇਲੇ ਉਹਦੀ ਲੋਕਾਂ ਦੇ ਵਿੱਚ ਇਹ ਪੁਜੀਸ਼ਨ ਆ, ਪੁਜੀਸ਼ਨ ਤਾਂ ਸਾਡੀ ਵੀ ਹੈਗੀ ਆ, ਜੇਲ੍ਹਾਂ ਜੂਲਾਂ ਫੇਰੀਆਂ ਕੱਢਦੇ ਰਹੇ ਹਾਂ, ਪਰ ਐਵੇਂ ਹੁਣ ਆਖੀ ਜਾਈਏ ਵੀ ਫਲਾਣੇ ਦਾ, ਐਵੇਂ ਝੂਠੀਆਂ ਗੱਲਾਂ ਕਰੀਏ ਉਹਦਾ। ਹਾਂਜੀ, ਤੂੰ ਤਾਂ ਗਿਆ ਹੀ ਨਹੀਂ ਕਾਂਗਰਸ, ਦਿੱਲੀ ਨਹੀਂ ਗਿਆ ਚੋਣ ਪ੍ਰਚਾਰ। ਉਹ ਨਹੀਂ ਜੀ, ਕਾਂਗਰਸ ਤਾਂ ਹੈਗਾ ਵਾ ਨਹੀਂ ਜਾਂਦਾ, ਹਾਂ ਬਿਲਕੁਲ ਨਹੀਂ, ਉਹ ਕਾਂਗਰਸ ਨਹੀਂ, ਕਾਂਗਰਸ ਜਾਂਦਾ ਹੀ ਨਹੀਂ ਉਸ ਵੇਲੇ ਨੂੰ ਕਾਂਗਰਸ।